ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਰਜਿੰਦਰ ਕੌਰ ਭੱਠਲ ਦਾ ਕਹਿਣਾ ਹੈ ਕਿ ਅਕਾਲੀ ਦਲ 'ਚ ਉਮੀਦਵਾਰ ਐਲਾਨ ਕਰਨ ਦਾ ਹੌਸਲਾ ਨਹੀਂ ਪੈ ਰਿਹਾ ਹੈ ਅਤੇ ਅਕਾਲੀ ਦਲ ਵੱਲੋਂ ਡਰ ਡਰ ਕੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਕਿਸੇ ਨੂੰ ਚੋਣ ਪ੍ਰਚਾਰ ਲਈ ਬੁਲਾਉਣ ਤੋਂ ਪਹਿਲਾਂ ਆਪਣੇ ਪਿਤਾ ਨੂੰ ਬੁਲਾਉਣ। ਦੇਖੋ, ਅੱਜ ਦਾ ਜਿਹੜਾ ਦਿਨ ਜਾਂ ਸੀਜ਼ਨ ਹੈ ਜਾਂ ਮਹੀਨਾ ਹੈ, ਇਹ ਇੰਨਾ ਰੁਝੇਵੇਂ ਵਾਲਾ, ਬਿਜ਼ੀ, ਕਿਸਾਨ ਨੂੰ ਮੌਸਮ ਦੇਖ ਕੇ ਡਰ ਲੱਗਦਾ, ਅੱਜ ਵੀ ਹੁਣ ਹਨੇਰੀ ਨੂਰੀ ਆਈ ਜਾਂਦੀ ਹੈ, ਉਹ ਸਾਰੀ ਕਮਾਈ ਸਾਲ ਦੀ ਖੇਤ 'ਚ ਪਈ ਹੈ, ਕਿਸਾਨ ਨੂੰ ਉੱਧਰ ਧਿਆਨ ਹੈਗਾ, ਸਾਡੇ ਵਿਚਾਰੇ ਆੜ੍ਹਤੀਏ ਜਿੰਨਾ ਵੀ ਉਹਨਾਂ ਕੋਲ ਆਉਂਦਾ ਉਹਨਾਂ ਨੂੰ ਸਪਸ਼ਟ ਧਿਆਨ ਹੈ। ਬਿਜ਼ੀ ਸ਼ਡਿਊਲ ਜਿਹਨੂੰ ਕਹਿੰਦੇ ਹਾਂ ਵੀ ਇਹ ਸਾਡਾ ਜਿਹੜਾ ਹੈਗਾ ਨਾ, ਇਹ ਬਹੁਤ ਬਿਜ਼ੀ ਮਹੀਨਾ ਹੈ। ਇਹਦੇ ਵਿੱਚ ਮੈਂ ਹੈਰਾਨ ਮੰਨਦੀ ਹਾਂ, ਅੱਜ ਜਿੰਨਾ ਇਕੱਠ ਉੱਥੇ ਹੋਇਆ, ਸੋਚ ਨਹੀਂ ਸਕਦੇ ਸੀ ਅਸੀਂ ਕਿ ਇੰਨਾ ਇਕੱਠ ਹੋਊ। ਇੱਕ ਮੈਰਿਜ ਪੈਲੇਸ 'ਚ ਖੁੱਲ੍ਹੇ ਤੌਰ 'ਤੇ, ਇਹ ਨਹੀਂ ਕਿਸੇ ਬੰਦ ਹਾਲ ਦੇ ਵਿੱਚ ਕੀਤਾ, ਖੁੱਲ੍ਹੇ ਤੌਰ 'ਤੇ ਖੁੱਲ੍ਹੇ ਪੰਡਾਲ 'ਚ ਮੇਰਾ ਖਿਆਲ 8-9 ਵਜੇ ਤੋਂ ਬੰਦੇ ਉੱਥੇ ਸ਼ੁਰੂ ਹੋ ਗਏ ਸੀ ਹੁਣੇ, ਅਤੇ ਅਸੀਂ 1 ਵਜੇ ਉੱਥੋਂ ਖਤਮ ਕਰਕੇ ਆਏ। ਸੋ ਸਾਰੀ ਦੀ ਸਾਰੀ ਬੰਦਿਆਂ ਦਾ ਇਕੱਠ, ਬਾਡੀ ਲੈਂਗੁਏਜ, ਜੋਸ਼, ਉੱਥੋਂ ਇਹ ਲੱਗਦਾ ਕਿ ਲੋਕਾਂ ਨੇ ਮਨ ਬਣਾ ਲਿਆ ਕਿ ਇਹ ਜਿਹੜੀ ਅਕਾਲੀ ਪਾਰਟੀ ਟੁਕੜਿਆਂ 'ਚ ਵੱਡੀ ਗਈ, ਟੁੱਟ ਗਈ, ਅਤੇ ਉਸ ਪਾਰਟੀ ਦੇ ਪੱਲੇ ਹੈ ਨਹੀਂ ਅਤੇ ਨਾ ਹੀ BJP ਦੇ ਪੱਲੇ ਹੈ। ਮੈਂ ਤਾਂ ਉੱਥੇ ਬੋਲਦੀ ਨੇ ਵੀ ਕਿਹਾ ਸੀ ਕਿ BJP 'ਚ ਵੀ ਕਾਲ ਪੈ ਗਿਆ, ਉਮੀਦਵਾਰ ਨਹੀਂ ਮਿਲਦਾ ਉਹਨਾਂ ਨੂੰ ਕੋਈ। ਆ ਅਖੀਰਲੇ ਦਿਨਾਂ 'ਚ ਜਾ ਕੇ ਕਦੇ ਬੰਬੇ ਨੂੰ ਭੱਜਦੇ, ਕੋਈ ਐਕਟਰ ਲੈਣ, ਕਦੇ ਕਿਧਰ ਨੂੰ ਭੱਜਦੇ ਹੈਗੇ ਨੇ, ਉਹਨਾਂ ਦਾ ਵੀ ਇਹ ਜਨਾਜ਼ਾ ਨਿਕਲਿਆ ਪਿਆ ਪੂਰਾ। ਇਹੀ ਹਾਲ ਜਿਹੜੀ ਅਕਾਲੀ ਦਲ ਪਾਰਟੀ ਰੀਜਨਲ ਪਾਰਟੀ ਹੈ, ਜਿਹੜੀ ਜੇਬ 'ਚੋਂ ਟਿਕਟਾਂ ਕੱਢ ਕੇ ਦੇਣ ਵਾਲੀ ਪਾਰਟੀ ਹੈ, ਉਹਨਾਂ ਨੇ ਵੀ ਅਜੇ ਤੱਕ ਹੀਆਂ ਨਹੀਂ ਕੀਤਾ ਕਿ ਉਹ ਆਪਣੇ ਆਪ ਨੂੰ ਪਹਿਲਾਂ ਅਨਾਊਂਸ ਕਰ ਲੈਣ। ਅੱਜ ਅਖੀਰ 'ਤੇ ਜਾ ਕੇ ਉਹਨਾਂ ਨੇ ਕੱਲ੍ਹ ਅਨਾਊਂਸ ਕੀਤਾ ਆਪਣੇ ਆਪ ਨੂੰ। ਜਿਹੜੀ ਪਾਰਟੀਆਂ ਦੇ ਉਮੀਦਵਾਰ ਅਨਾਊਂਸ ਕਰਨ ਦਾ ਹੀਆਂ ਨਹੀਂ ਕਰ ਸਕਦੀ, ਡਿਲੇਅ ਕਰ ਸਕਦੀ ਹੈ, ਮਜਬੂਰੀ ਬਸ ਕੀਤੀ ਹੈ। ਆ ਇੱਥੇ ਵਾਲੇ ਦੀ ਬਾਹਰ ਰੋੜ ਕੇ ਕੀਤਾ, ਜਿਹੜਾ ਸਾਡੇ ਸੰਗਰੂਰ ਤੋਂ ਇੱਥੇ MP ਖੜ੍ਹਾ ਕੀਤਾ ਹੈਗਾ ਪਰਮਿੰਦਰ ਢੀਂਡਸਾ। ਇਹ ਸਾਰਿਆਂ ਥਾਵਾਂ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਟੁੱਟ ਚੁੱਕੇ ਹੈ, ਉਹਨਾਂ ਦਾ ਅਕਾਲੀ ਦਲ ਦਾ ਵੱਖਰਾ ਦਲ ਬਣ ਗਿਆ, ਆਪ ਦੇ 4-5 ਟੁਕੜੇ ਬਣ ਗਏ ਹੈ। ਇਸ ਕਾਰਨ ਕਰਕੇ ਕਿ ਸਾਡੀ ਪਾਰਟੀ ਪੂਰੀ ਤਰ੍ਹਾਂ ਇਕੱਠੀ ਅਤੇ ਜੋਸ਼ 'ਚ ਹੈ, ਇਕੱਲਾ ਇਕੱਲਾ ਵਰਗ ਹਿੰਦੁਸਤਾਨ ਦੀ ਜਿਹੜੀ ਸਰਕਾਰ ਸੀ ਮੋਦੀ ਵਾਲੀ, ਉਹਦੇ ਵੱਲੋਂ ਦਿੱਤੇ ਤਸੀਹਿਆਂ ਦਾ ਬਦਲਾ ਲੈਣਾ ਚਾਹੁੰਦਾ ਹੈ, ਔਰ ਇਹਨੂੰ ਰੀਪਲੇਸ ਕਰਕੇ ਇੱਥੇ ਕਾਂਗਰਸ ਦੀ ਸਰਕਾਰ, ਜਿਹਦੇ ਵਿੱਚ ਆਈ ਨਹੀਂ ਸੀ ਕਦੇ ਪਤਾ ਲੱਗਦਾ ਵੀ ਨੋਟਬੰਦੀ ਹੋਈ ਹੈ, ਨੋਟ ਬਦਲੇ ਆ ਕਿ ਨਾ ਬਦਲੇ, ਅਸੀਂ ਬਦਲੇ ਹੈ, ਪਰ ਕਿਸੇ ਨੂੰ ਤਕਲੀਫ ਨਹੀਂ ਸੀ ਦਿੱਤੀ ਆ ਕੇ। ਉਹ ਲੋਕ ਅੱਜ ਉਸਨੂੰ ਯਾਦ ਕਰਦੇ ਆ, ਕਿਉਂਕਿ ਇਹ ਤਾਂ ਅਦਾਨੀਆਂ ਅਤੇ ਅਬਾਨੀਆਂ ਦੀ ਸਰਕਾਰ ਬਣ ਕੇ ਰਹਿ ਗਈ, ਲੋਕਾਂ ਨੂੰ ਲੁੱਟਿਆ, ਲੋਕਾਂ ਦਾ ਮਜ਼ਾਕ ਕੀਤਾ। ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਅੱਜ ਤੱਕ ਮੈਂ ਝੂਠਾ ਵਾਅਦਾ ਨਹੀਂ ਕਰਦਾ ਦੇਖਿਆ ਜਿਹੜਾ ਇਹਨੇ ਕੀਤਾ। ਇਹਨਾਂ ਸਾਰੀਆਂ ਤੋਂ ਸਤੇ ਵੀ ਲੋਕ ਅੱਜ ਉੱਥੇ ਇਕੱਠ 'ਚ ਆਏ, ਮੈਂ ਸਮਝਦੀ ਹਾਂ ਬਹੁਤ ਇੱਕ ਇਸ਼ਾਰਾ ਸੀ ਕਿ ਬਹੁਤ ਵੱਡੇ ਮਾਰਜਨ ਨਾਲ ਸੰਗਰੂਰ ਦੀ ਸੀਟ ਜਿੱਤ ਰਿਹਾ ਸੀ। ਵੈਸੇ ਉਹਨਾਂ ਨੂੰ ਕੀ ਲੋੜ ਹੈ, ਭੰਡ ਤਾਂ ਆਪ ਹੀ ਹੈਗੇ ਨੇ ਬਥੇਰੇ, ਇਹਨਾਂ ਨੂੰ ਪੰਡਾਂ ਦੀ ਬੁਲਾਉਣ ਦੀ ਕੀ ਲੋੜ ਹੈਗੀ ਹੈ। ਇਹਨਾਂ ਦਾ ਜਿਹੜੇ ਪਰਮਿੰਦਰ ਸਿੰਘ ਢੀਂਡਸਾ ਪੰਡਾਂ ਨੂੰ ਬੁਲਾਉਣ ਤੋਂ ਪਹਿਲਾਂ ਆਪਦੇ ਪਿਤਾ ਜੀ ਨੂੰ ਬੁਲਾਵੇ, ਸੁਖਦੇਵ ਸਿੰਘ ਢੀਂਡਸਾ ਨੂੰ ਬੁਲਾਵੇ, ਜਿਹਦਾ ਬਾਪ ਨਹੀਂ ਜਿਹਦੇ ਨਾਲ ਤੁਰ ਰਿਹਾ, ਉਹ ਕਿਵੇਂ ਆਸ ਕਰਦਾ ਕਿ ਮੈਂ ਲੋਕਾਂ ਨੂੰ ਮੈਂ ਨਾਲ ਤੋਰ ਲੂੰਗਾ ਅਤੇ ਲੋਕ ਮੇਰੇ ਨਾਲ ਤੁਰ ਪੈਣਗੇ। ਲੋਕਾਂ ਨੇ ਉਹਨੂੰ ਇੱਥੇ ਵੋਟਾਂ ਪਾਤੀਆਂ, ਜਿਤਾਤਾ, ਉਹਦੇ ਗੱਲ ਪੂਰੀ ਕਰਤੀ ਉਹਨੇ ਜਿੰਨੀ ਹੋਣੀ ਸੀਗੀ। ਲੇਕਿਨ ਇਹੀ ਨਹੀਂ ਕਿ ਹਰ ਵਾਰ ਆਪਦੇ ਟੱਬਰ ਚਲ ਜਾਈ ਜਾਣ ਅਤੇ ਲੋਕ ਮਗਰ ਲੱਗੇ ਰਹਿਣਗੇ, ਇਹ ਗੱਲ ਨਹੀਂ ਲੋਕਾਂ ਨੂੰ ਬਰਦਾਸ਼ਤ ਹੁੰਦੀ। ਇਸ ਵਾਰ ਪਾਰਲੀਮੈਂਟ ਵਿੱਚ ਕਿਸੇ ਨੇ ਪਰਮਿੰਦਰ ਢੀਂਡਸੇ ਦੀ ਗੱਲ ਨਾ ਸੁਣਨੀ ਆ ਨਾ ਮੰਨਣੀ ਹੈ।